My name is Mamoon Rashid. As far as this video, making of this video is concerned, today I'm going to interview ex cabinet minister Punjab, Janab Nusrat Ikram Khan Bagga. And I would like to just introduce you with our big brother, Janab Nusrat Ikram Khan Bagga. Assalamu alaikum. Bhai ji, sada jo matlab portal hai, sada jo app hai, ਵਾਸਟ ਵਿਜ਼ਨ ਮਾਰਕੀਟਿੰਗ ਕੰਪਨੀ ਹੈ, ਉਹਦੀ ਐਪ ਹੈ, ਉਹਦੇ ਤਹਿਤ ਅਸੀਂ ਆਪਣੇ ਵਿਊਅਰਸ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦੇ ਹਾਂ ਤੁਹਾਡੇ ਬਾਰੇ। ਸਰ ਥੋੜ੍ਹਾ ਜਿਹਾ ਦੱਸੋਗੇ ਆਪਣਾ ਬਚਪਨ ਤੋਂ ਲੈ ਕੇ ਮਤਲਬ ਕਿਵੇਂ ਲਾਈਫ ਸ਼ੁਰੂ ਕੀਤੀ? ਮਤਲਬ ਜਿਵੇਂ ਸਕੂਲਿੰਗ ਬ੍ਰਾਂਚ ਨੰਬਰ 4 ਇਸਲਾਮੀਆ ਸਕੂਲ ਦੀ, ਉੱਥੇ ਪੜ੍ਹੇ, ਉਦੋਂ ਇਸਲਾਮੀਆ ਸਕੂਲ 'ਚ ਪੜ੍ਹੇ। ਉਹ ਪੜ੍ਹਾਈ ਦੇ ਨਾਲ ਨਾਲ ਸਾਡਾ ਸ਼ੌਕ ਕ੍ਰਿਕਟ ਦਾ ਬਚਪਨ ਤੋਂ ਹੀ, ਪੰਜਵੀਂ ਕਲਾਸ ਤੋਂ ਹੀ ਚੌਥੀ ਕ੍ਰਿਕਟ ਸ਼ੁਰੂ ਕਰ। ਸਕੂਲ 'ਚ ਵੀ ਕਪਤਾਨੀ ਕੀਤੀ, ਫਿਰ ਕਾਲਜ ਜਾ ਕੇ ਕਪਤਾਨੀ ਕੀਤੀ, ਫਿਰ ਬਿਜਲੀ ਆਪਣੇ ਰਿਪਦਮਨ ਕਾਲਜ ਨਾਭਾ ਉੱਥੇ ਵੀ ਕ੍ਰਿਕਟ ਖੇਲਿਆ, ਯੂਨੀਵਰਸਿਟੀ ਵੀ ਖੇਲੇ। ਮੈਨੂੰ ਪੜ੍ਹਾਈ ਦੇ ਨਾਲ ਨਾਲ ਗੇਮ ਦਾ ਬਹੁਤ ਸ਼ੌਕ। ਸੋਰੀ ਮੈਂ ਕੱਟ ਕਰ ਰਿਹਾ ਤੁਹਾਨੂੰ ਸਰ, ਜਿਸ ਤਰ੍ਹਾਂ ਆਪਾਂ ਗੱਲ ਕੀਤੀ, ਤੁਸੀਂ ਗੱਲ ਕੀਤੀ ਕਿ ਤੁਸੀਂ ਮੈਂਟਰ ਰਹੇ, ਤੁਸੀਂ ਮਤਲਬ ਇੱਕ ਕਪਤਾਨੀ ਕੀਤੀ, ਔਰ ਉਸ ਤੋਂ ਬਾਅਦ ਰਿਪ੍ਰੈਜੈਂਟੇਸ਼ਨ ਦਾ ਮੌਕਾ ਮਿਲਿਆ ਤੁਹਾਨੂੰ, ਮਤਲਬ ਮੰਤਰੀ ਬਣ ਕੇ ਤੁਸੀਂ ਪਬਲਿਕ ਨੂੰ ਰਿਪ੍ਰੈਜੈਂਟ ਕੀਤਾ, ਗੱਲਾਂ ਮਲੇਰਕੋਟਲਾ ਨਹੀਂ ਪੂਰਾ ਪੰਜਾਬ ਰਿਪ੍ਰੈਜੈਂਟ ਕੀਤਾ, ਅਤੇ ਉਸ ਤੋਂ ਬਾਅਦ ਸਰ ਤੁਹਾਡੇ ਵਾਸਤੇ ਮਤਲਬ ਲਾਈਫ ਦੇ ਵਿੱਚ ਇੰਸਪੀਰੇਸ਼ਨ ਕੀ ਰਹੀ, ਕੀ ਮਤਲਬ ਐਸਾ ਜਜ਼ਬਾ ਰਿਹਾ ਪਬਲਿਕ ਦੇ ਵਾਸਤੇ? ਨਹੀਂ, ਬਸ ਇਹੀ ਕਿ ਸਾਨੂੰ ਨਾ ਪੜ੍ਹਾਈ ਦੇ ਨਾਲ ਨਾਲ ਗੇਮ ਦਾ ਬਹੁਤ ਸ਼ੌਕ। ਫਿਰ ਉਹ ਤੋਂ ਬਾਅਦ ਸਾਨੂੰ ਮਿਲਿਆ ਦਾਵਤ ਦੀ ਲਾਈਨ, ਤਬਲੀਗ ਦੀ ਲਾਈਨ, ਜਿਹੜੀ ਅਸੀਂ ਲਾਈਨ ਦੀ ਆ। ਕਾਲਜ ਤੋਂ ਬਾਅਦ ਮੈਂ 84 'ਚ ਜਮਾਤ ਗਿਆ, 84 'ਚ ਜਮਾਤ ਗਿਆ, 4 ਮਹੀਨੇ ਲਾਇਆ। ਪਹਿਲੇ ਹੀ ਤਾਂ ਅੱਬਾ ਜੀ ਦਾ, ਗੁਰਮੁਖ ਦਾ ਹਰ ਵਕਤ ਪਬਲੀ ਨਾਲ ਰਾਜਾਨ ਦਾ, ਲੋਕਾਂ ਦਾ ਆਉਣਾ ਜਾਣਾ, ਲੋਕਾਂ ਦਾ ਅਦਬ, ਇਹ ਬਹੁਤ ਅਹਿਮ ਹੈ। ਜਿਹੜਾ ਬੜਿਆਂ ਦਾ ਰਹਿਣਾ, ਇਹ ਜ਼ਿੰਦਗੀ 'ਚ ਕਾਮਯਾਬੀ ਨਿਸ਼ਾਨੀ ਬੜਿਆਂ ਦਾ, ਔਰ ਖਾਸ ਤੌਰ 'ਤੇ ਮਾਂ ਬਾਪ ਦਾ ਰਹਿਣਾ ਉਹ ਬਹੁਤ। ਅਤੇ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਮਿਲਣਾ ਚਾਹੀਦੀਆਂ। ਉਸਤਾਦ ਸਮਝਾਉਂਦੇ ਵੀ ਹਾਂ, ਕਰਦੇ ਵੀ ਹਾਂ, ਹੈ ਜੀ। ਪੜ੍ਹਾਈ ਦੇ ਨਾਲ ਨਾਲ ਅਦਬ ਬਹੁਤ ਅਹਿਮ ਸੀ। ਜਮਾਤ 4 ਮਹੀਨੇ ਲਾਉਣ ਤੋਂ ਬਾਅਦ ਸਾਡੀ ਜ਼ਿੰਦਗੀ ਪੜ੍ਹ ਗਈ। ਇਹਦਾ ਮਤਲਬ ਹੈ ਵੀ ਧਾਰਮਿਕ ਪੁਆਇੰਟ ਆਫ ਵਿਊ ਤੋਂ ਅਗਰ ਆਪਾਂ ਦੇਖੀਏ, ਹਰੇਕ ਧਰਮ ਦਾ ਬੱਚਾ ਅਗਰ ਆਪਣੇ ਧਰਮ ਦੇ ਨੇੜੇ ਰਹਿੰਦਾ ਤਾਂ ਉਹ ਮਤਲਬ ਕਿ ਸੁਧਾਰ ਹੋ ਸੁਧਾਰ। ਔਰ ਤੁਹਾਡਾ ਅੱਜ ਦੇ ਯੂਥ ਵਾਸਤੇ ਕੀ ਮੈਸੇਜ ਹੋਊਗਾ? ਇਹੀ ਹੈ ਕਿ ਯੂਥ ਦੇ ਵਿੱਚ ਬਚਪਨ ਤੋਂ ਹੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਲੇਕਿਨ ਯੂਥ ਨੂੰ ਖਾਸ ਤੌਰ 'ਤੇ ਕਿ ਮਜ਼ਹਬ ਨਾਲ ਜੁੜੀਏ, ਆਪਣੇ ਆਪਣੇ ਮਜ਼ਹਬ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਵੀ ਔਰ ਅੱਛੀ ਸੁਸਾਇਟੀ ਨੂੰ ਲਾਗੂ ਹੋਈਏ, ਅੱਛੀ ਸੁਸਾਇਟੀ ਅਸੀਂ ਅਟੈਂਡ, ਇਹ ਬਹੁਤ ਜ਼ਰੂਰੀ। ਅੱਛਾ, ਹੁਣ ਅਗਰ ਮੈਂ ਗੱਲ ਕਰਾਂ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਤੁਹਾਨੂੰ ਮੌਕਾ ਮਿਲਦਾ, ਜਿਵੇਂ ਸਪੋਜ਼ ਕਰ ਲਓ ਕਿ ਯੂਥ ਨੂੰ ਲੀਡ ਕਰਨ ਦਾ ਮੌਕਾ ਮਿਲਦਾ, ਜਿਸ ਤਰ੍ਹਾਂ ਤੁਸੀਂ ਮੈਸੇਜ ਦਿੱਤਾ ਕਿ ਆਪਣੇ ਧਰਮ ਦੇ ਨੇੜੇ ਆ ਕੇ ਆਪਾਂ ਜੋ ਹੈ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਹਾਂ, ਇਹਦੇ ਵਿੱਚ ਜਿਹੜਾ ਹੈਗਾ ਤੁਹਾਡਾ ਮੈਸੇਜ ਯੂਥ ਤੱਕ ਚਲਾ ਗਿਆ, ਔਰ ਸਾਡੇ ਮਤਲਬ ਐਪ ਦੇ ਮਾਧਿਅਮ ਦੇ ਨਾਲ ਜਾਂ ਮਤਲਬ ਸਾਡਾ ਵੈਬ ਦੇ ਮਾਧਿਅਮ ਦੇ ਨਾਲ ਉਹ ਮੈਸੇਜ ਚਲਾ ਗਿਆ, ਤਾਂ ਉਹਦੇ ਵਿੱਚ ਤੁਹਾਡਾ ਮਤਲਬ ਇੰਪਲਾਇਮੈਂਟ ਨੂੰ ਲੈ ਕੇ, ਇੱਕ ਰੁਜ਼ਗਾਰ ਨੂੰ ਲੈ ਕੇ ਕੀ ਮੂਵ ਰਹੂਗਾ? ਰੁਜ਼ਗਾਰ ਬੱਚੇ ਪੜ੍ਹੇ ਲਿਖੇ ਬਹੁਤ ਹੈ, ਪ੍ਰਾਈਵੇਟ ਕੰਪਨੀ ਬਹੁਤ ਹੈ, ਹੋਰ ਵੀ ਬਿਜ਼ਨਸ ਬਹੁਤ ਹੈ ਜੀ। ਹੁਣ ਸਰਕਾਰੀ ਕੋਈ ਸਰਵਿਸ ਮਿਲਣਾ, ਕਿਉਂਕਿ ਜਦ 97 ਤੋਂ 2002 ਅਸੀਂ ਰਹਿਣਾ, ਉਸ ਵਕਤ ਤਾਂ ਇੰਨਾ ਸਖਤੀ ਨਹੀਂ ਸੀ, ਲੇਕਿਨ 2002 ਤੋਂ ਬਾਅਦ 2007 ਕਾਂਗਰਸ ਸਰਕਾਰ ਜੀ, ਉਹਨਾਂ ਨੇ ਆਪਣੇ ਟਾਈਮ 'ਚ ਜੋ ਕੀਤਾ ਠੀਕ ਹੈ, 7 ਤੋਂ 12, 12 ਤੋਂ 17, ਲੇਕਿਨ ਸਰਕਾਰੀ ਨੌਕਰੀਆਂ ਵਿੱਚ ਕੋਈ ਕਵਰ ਨਹੀਂ ਸੀ, 1% ਵੀ। ਸਾਫ ਇੰਟਰਵਿਊ, ਸਾਫ ਟੈਸਟ ਪਾਸ ਹੋਏ ਉਹ ਬੱਚੇ ਨਾਲ ਰੱਖੇ, ਲੇਕਿਨ ਨਾਲ ਨਾਲ ਬਿਜ਼ਨਸ ਵੱਲ ਵੀ ਧਿਆਨ ਦੀ, ਪ੍ਰਾਈਵੇਟ ਸਰਵਿਸਾਂ ਵੱਲ ਵੀ ਧਿਆਨ ਦੀ ਚਾਹੀਦੀ। ਸਰਕਾਰੀ ਮਿਲੇ ਨਾ, ਔਰ ਪ੍ਰਾਈਵੇਟ ਅਸੀਂ ਕੰਮ ਨਾ ਕਰੀ, ਮਾਂ ਬਾਪ ਨੂੰ ਪਰੇਸ਼ਾਨ ਕਰੀ, ਮਾਂ ਬਾਪ ਦਾ ਨਾਂ ਬਦਨਾਮ ਕਰੀ, ਔਰ ਗਲਤ ਰਸਤੇ ਪਈਏ, ਕੋਈ ਨਸ਼ੇ ਵੱਲ ਪਈਏ, ਕੋਈ ਹੋਰ ਅਵਾਰਾ ਕਰਨੀ ਪਈ, ਉਹਦੇ ਨਾਲ ਬਿਹਤਰ ਹੈ ਕਿ ਇੰਪਲਾਇਮੈਂਟ ਜਿੱਥੇ ਵੀ ਬੱਚੇ ਮਿਲੇ ਉਹ ਉਹਨੂੰ ਕਰਨੀ ਚਾਹੀਦੀ। ਔਰ ਸਰ ਇੱਕ ਮੇਰਾ ਕੁਸਚਨ ਇਹ ਰਹੂਗਾ ਤੁਹਾਡੇ,
ਕਿ ਜਿਸ ਤਰ੍ਹਾਂ ਤੁਸੀਂ ਕਿਹਾ ਇੰਪਲਾਇਮੈਂਟ ਜਨਰੇਸ਼ਨ ਵਾਸਤੇ, ਇੰਪਲਾਇਮੈਂਟ ਵਾਸਤੇ ਇੱਕ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਹੈ, ਕਾਲਜ ਦੀ ਪੜ੍ਹਾਈ ਦੇ ਨਾਲ ਕੀ ਤੁਹਾਨੂੰ ਲੱਗਦਾ ਕੋਈ ਇੱਕ ਕਿਸਮ ਦਾ ਮਤਲਬ ਇੱਕ ਸਪੈਸ਼ਲ ਟ੍ਰੇਨਿੰਗ ਇੰਟਰਵਿਊਜ ਵਾਸਤੇ ਜਾਂ ਕਿਸੇ ਕਿਸਮ ਦੀ ਸਕਿੱਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਸਟੂਡੈਂਟਸ? ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਸਕੂਲਾਂ ਕਾਲਜਾਂ ਦੀ ਪੜ੍ਹਾਈ ਦਾ ਆਪਣੀ ਜੋ ਵੀ ਹੈ ਸਿਲੇਬਸ ਹੈ, ਲੇਕਿਨ ਅਲੱਗ ਤੋਂ ਅਗਰ ਇਹ ਚੀਜ਼ ਮਿਲੇ ਕੋਈ ਆਪਣਾ ਐਸਾ ਕੰਪਟੀਸ਼ਨ ਵਾਸਤੇ, ਬਹੁਤ ਸਾਰੇ IAS ਦੀ ਤਿਆਰੀ ਕਰਦੇ, PCS ਦੀ ਤਿਆਰੀ ਕਰਦੇ, ਹੋਰ ਤਿਆਰੀ ਕਰਦੇ, ਉਹ ਜਿਹੜੇ ਵੀ ਉਸਤਾਦ ਹੈ ਅਤੇ ਜਿਹੜੇ ਵੀ ਟਿਊਟਰ ਹੈ ਉਹ ਬਹੁਤ ਹੈ, ਕਿਉਂਕਿ ਕਾਲਜ ਤੋਂ ਹਟਣ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਬੱਚੇ ਉਸ ਤਰਫ ਜਾਣਾ ਬਹੁਤ ਅਹਿਮ ਕੰਮ ਹੈ। ਔਰ ਉਹਦੇ ਸਰਵਿਸ ਦੇ ਬਹੁਤ ਚਾਂਸਿਸ ਨੇ, ਔਰ ਖਾਸ ਤੌਰ 'ਤੇ ਮੈਂ ਆਪਣੇ ਪੰਜਾਬੀਆਂ ਨੂੰ ਵੀ ਔਰ ਹਿੰਦੁਸਤਾਨ ਖਾਸ ਤੌਰ 'ਤੇ ਕਿ ਆਪਣੇ ਹਿੰਦੁਸਤਾਨ 'ਚ ਰਹਿ ਕੇ ਆਪਾਂ